हाय गाइस, अज असीं पंजाबी दा टॉपिक शुरू करन जा रहे हां। पंजाबी ग्रामर, मैं थोनू पूरी डिटेल्ड ग्रामर करवाऊंगी। बस ये तुसी मेरी वीडियोस एक बारी भी देख ली तो तुहाडे दिमाग चो कॉन्सेप्ट है प्रॉपर क्लियर हो जाएगा। थोनू बार बार इस चीज़ नू याद करने की लोड़ नहीं है, और एक खास करके पंजाब टेट दे विच तुहाडे लई बहुत हेल्पफुल होएगी, क्योंकि इस बार मैं भी टेट का पेपर दिता सी। और मैं ये देखा सी कि इस बार जो टेट का पेपर आया सी, लास्ट टेट दे पेपर जिन्हें भी हुए ने उस नालों थोड़ा फर्क सी पंजाबी दे विच। क्योंकि लास्ट टाइम की हुंदा सी कि दो पैरे दिते हुंदे सी, उस तो बाद जिहड़े क्वेश्चन दिते हुंदे सी वो मोस्टली पैडागोगी दे हुंदे सी, बट इस बार जो क्वेश्चन सी उहदे विच वो व्याकरण दे सीगे। और व्याकरण आई होप किसी ने भी टच नहीं की होनी, मैं भी नहीं की सी, क्योंकि मैं भी यही सोचा सी कि व्याकरण तो आएगी नहीं। सो उस गल नूं ध्यान रखते हुए मैं हुण तुहाडे सामने पंजाबी दी व्याकरण पूरी डिटेल डिस्कस करांगी, जिहदे नाल ये है कि तुहाडे टैट दे जिहड़े पंजाबी दे 30 चों 30 ही नंबर आणगे। चलो आपां शुरू करदे हां व्याकरण। पहला तां व्याकरण है की चीज़? व्याकरण ਉਹ ਵਿਦਿਆ ਹੈ ਜਿਸ ਵਿੱਚ ਭਾਸ਼ਾ ਦੇ ਨਿਯਮਾਂ ਨੂੰ ਜਾਣਿਆ ਅਤੇ ਸਮਝਿਆ ਜਾਂਦਾ ਹੈ। ਇੱਕ ਭਾਸ਼ਾ ਦੇ ਨਿਯਮ ਦੂਜੀ ਭਾਸ਼ਾ ਉੱਤੇ ਲਾਗੂ ਨਹੀਂ ਹੁੰਦੇ। ਦੇਖੋ, ਇੰਗਲਿਸ਼ ਲੈਂਗੁਏਜ ਹੈ ਦੇ ਨੂੰ ਬੋਲਣ ਲਿਖਣ ਲਈ ਜੋ ਰੂਲਸ ਨੇ ਉਹ ਪੰਜਾਬੀ ਲੈਂਗੁਏਜ 'ਚ ਨਹੀਂ ਲਾਗੂ ਹੁੰਦੇ, ਆਪਾਂ ਨੂੰ ਪਤਾ ਹੀ ਹੈ। ਹਿੰਦੀ ਕਿਸੇ ਹੋਰ ਰੂਲਸ ਦੇ ਨਾਲ ਲਿਖੀ ਜਾਂਦੀ ਹੈ, ਠੀਕ ਹੈ। ਥੋੜ੍ਹੀ ਮੋਟੀ ਹਿੰਦੀ ਪੰਜਾਬੀ ਆਪਸ 'ਚ ਮਿਲ ਸਕਦੀ ਹੈ, ਬਟ ਇਹਨਾਂ ਨੂੰ ਲਿਖਣ ਬੋਲਣ ਦਾ ਤਰੀਕਾ ਹੈ ਜੋ ਬਿਲਕੁਲ ਹੀ ਵੱਖਰਾ ਹੈ। ਇਸ ਲਈ ਉਹ ਕਹਿੰਦੇ ਕਿ ਭਾਸ਼ਾ ਇੱਕ ਨਿਯਮਾਂ ਦੀ ਲੜੀ ਹੈ, ਪਰ ਇਹ ਨਿਯਮ ਹਰ ਲੈਂਗੁਏਜ ਦੇ ਜਿਹੜੇ ਨੇ ਵੱਖਰੇ ਵੱਖਰੇ ਨੇ। ਕਹਿੰਦੇ ਸਮੇਂ ਦੀ ਚਾਲ ਦੇ ਨਾਲ ਨਿਯਮ ਬਦਲਦੇ ਜਾਂਦੇ ਨੇ। ਵਿਆਕਰਨ ਰਾਹੀਂ ਸ਼ੁੱਧ ਬੋਲਣਾ, ਸ਼ਬਦਾਂ ਦੀ ਸਹੀ ਬਣਤਰ, ਸ਼ੁੱਧ ਬਣਤਰ, ਸਹੀ ਵਰਤੋਂ, ਵਾਕ ਬਣਾਉਣੇ ਆਦਿ ਸਿੱਖਦੇ ਹਾਂ। ਅਸੀਂ ਅਗਰ ਵਿਆਕਰਨ ਸਾਨੂੰ ਪਤਾ ਹੋਏਗੀ ਤਾਂ ਅਸੀਂ ਲਿਖਣ ਲੱਗੇ ਵੀ, ਬੋਲਣ ਲੱਗੇ ਵੀ ਸਹੀ ਸ਼ਬਦਾਂ ਦਾ ਪ੍ਰਯੋਗ ਹੈ ਜਿਹੜਾ ਕਰ ਸਕਦੇ ਹਾਂ। ਦੂਜੀਆਂ ਭਾਸ਼ਾਵਾਂ ਸਿੱਖਣ ਵਿੱਚ ਵੀ ਮਦਦਗਾਰ ਹੁੰਦੀ ਹੈ। ਅਗਰ ਸਾਨੂੰ ਵਿਆਕਰਨ ਆਉਂਦੀ ਹੈ ਤਾਂ ਅਸੀਂ ਦੂਸਰੀਆਂ ਲੈਂਗੁਏਜ ਵੀ ਈਜ਼ੀਲੀ ਸਿੱਖ ਸਕਦੇ ਹਾਂ। ਦੇਖੋ, ਅਗਰ ਸਾਨੂੰ ਪੰਜਾਬੀ ਥੋੜ੍ਹੀ ਮੋਟੀ ਆਉਂਦੀ ਹੈ ਤਾਂ ਅਸੀਂ ਹਿੰਦੀ ਈਜ਼ੀਲੀ ਸਿੱਖ ਲੈਂਦੇ ਹਾਂ, ਜਾਂ ਜਿਸ ਨੂੰ ਹਿੰਦੀ ਆਉਂਦੀ ਹੈ ਉਹ ਪੰਜਾਬੀ ਈਜ਼ੀਲੀ ਹੈ ਜੋ ਸਿੱਖ ਲੈਂਦਾ। ਇਸ ਲਈ ਅਗਰ ਸਾਨੂੰ ਇੱਕ ਲੈਂਗੁਏਜ ਆਉਂਦੀ ਹੈ ਤਾਂ ਅਸੀਂ ਦੂਜੀ ਲੈਂਗੁਏਜ ਵੀ ਈਜ਼ੀਲੀ ਜਿਹੜੀ ਸਿੱਖ ਲੈਂਦੇ, ਕਿਉਂਕਿ ਕਈ ਵਾਰੀ ਕੋਈ ਦੋ ਲੈਂਗੁਏਜ ਨੇ ਆਪਸ 'ਚ ਮਿਲਦੀਆਂ ਜੁਲਦੀਆਂ ਥੋੜ੍ਹੇ ਜਿਹੇ ਰੂਲ ਹੁੰਦੇ ਨੇ। ਕਹਿੰਦੇ ਜਿਹੜੇ ਵਿਆਕਰਨ ਹੈ ਇਹਦਾ ਮੇਨ ਤੌਰ 'ਤੇ ਰਿਲੇਸ਼ਨ ਹੈ ਲਿਖਤੀ ਭਾਸ਼ਾ ਅਤੇ ਬੋਲਚਾਲ ਦੀ ਭਾਸ਼ਾ ਨਾਲ। ਅਗਰ ਵਿਆਕਰਨ ਦੇ ਅਸੀਂ ਪ੍ਰੋਪਰ ਨਿਯਮਾਂ ਨੂੰ ਜਾਣਕਾਰੀ ਰੱਖਦੇ ਹਾਂ ਨਿਯਮਾਂ ਦੀ, ਤਾਂ ਅਸੀਂ ਜੋ ਲਿਖਤੀ ਭਾਸ਼ਾ ਹੈ ਸਾਡੀ ਉਹ ਵੀ ਅਸੀਂ ਬਿਲਕੁਲ ਸਹੀ ਅਤੇ ਸ਼ੁੱਧ ਲਿਖ ਸਕਦੇ ਹਾਂ। ਉਹ ਜੋ ਬੋਲਣ ਦੀ ਭਾਸ਼ਾ ਹੈ ਉਹ ਵੀ ਅਸੀਂ ਬਿਲਕੁਲ ਸਹੀ ਆਪਣੇ ਜਿਹੜੇ ਵਿਚਾਰ ਨੇ ਅਸੀਂ ਦੂਜਿਆਂ ਤੱਕ ਪਹੁੰਚਾ ਸਕਦੇ ਹਾਂ, ਠੀਕ ਹੈ। ਇਹ ਸੀ ਵਿਆਕਰਨ, ਵੀ ਵਿਆਕਰਨ ਕੀ ਚੀਜ਼ ਹੈ। ਵਿਆਕਰਨ ਦੇ ਅੰਗ, ਵਿਆਕਰਨ ਦੇ ਮੁੱਖ ਚਾਰ ਅੰਗ ਨੇ: ਧੁਨੀ ਬੋਧ, ਸ਼ਬਦ ਬੋਧ, ਵਾਕ ਬੋਧ, ਅਰਥ ਬੋਧ, ਠੀਕ ਹੈ। ਧੁਨੀ ਬੋਧ ਉਹ ਹੁੰਦਾ ਜਿੱਥੋਂ ਸਾਨੂੰ ਧੁਨੀਆਂ ਦਾ ਗਿਆਨ ਹੁੰਦਾ ਹੈ, ਵੀ ਇਹ ਸ ਹੈ, ਇਹ ਰ ਹੈ, ਇਹ ਕ ਹੈ, ਇਹ ਗ ਹੈ, ਉਹ ਹੈ ਧੁਨੀਆਂ, ਸਾਊਂਡ। ਸਭ ਤੋਂ ਪਹਿਲਾਂ ਸਾਨੂੰ ਸਾਊਂਡ ਕਲੀਅਰ ਹੋਣੀ ਚਾਹੀਦੀ ਹੈ। ਅਗਰ ਸਾਨੂੰ ਸਾਊਂਡ ਇੰਨੀ ਕਲੀਅਰ ਪਤਾ ਹੀ ਨਹੀਂ ਹੈ ਵੀ ਇਹਨੂੰ ਸ ਬੋਲਣਾ, ਇਹਨੂੰ ਮ ਬੋਲਣਾ, ਤਾਂ ਅਸੀਂ ਆਪਣੇ ਵਿਚਾਰ ਹੈ ਕਿਸੇ ਨੂੰ ਨਹੀਂ ਦੱਸ ਪਾਵਾਂਗੇ ਪ੍ਰੋਪਰ। ਜੇ ਸਾਨੂੰ ਸਾਊਂਡ ਕਲੀਅਰ ਨੇ, ਉਸ ਤੋਂ ਬਾਅਦ ਸਾਊਂਡ ਨੂੰ ਜੋੜ ਕੇ ਅਸੀਂ ਸ਼ਬਦ ਬਣਾਵਾਂਗੇ। ਦੋ ਸਾਊਂਡ ਨੇ ਜੋੜੇ, ਸ ਜ ਸਜ ਜ ਲ ਜਲ, ਇਸ ਤਰ੍ਹਾਂ ਸਾਊਂਡਸ ਨੂੰ ਜੋੜ ਕੇ ਅਸੀਂ ਕੀ ਬਣਾਏ, ਸ਼ਬਦ, ਔਰ ਸ਼ਬਦਾਂ ਨੂੰ ਜੋੜ ਕੇ ਅਸੀਂ ਬਣਾਏ ਵਾਕ, ਠੀਕ ਹੈ। ਵਾਕ ਬਣਾਏ, ਵਾਕਾਂ ਤੋਂ ਬਾਅਦ ਅਰਥ ਬੋਧ, ਮਤਲਬ ਉਹ ਜਿਹੜੇ ਵਾਕ ਬਣਾਏ ਨੇ ਅਸੀਂ ਉਹਨਾਂ ਦਾ ਕੀ ਅਰਥ ਨਿਕਲਦਾ ਹੈ, ਕੀ ਮਤਲਬ ਨਿਕਲਦਾ ਹੈ। ਇਸ ਲਈ ਅਸੀਂ ਵਿਆਕਰਨ ਦੇ ਵਿੱਚ ਇਹ ਚਾਰ ਚੀਜ਼ਾਂ ਡਿਸਕਸ ਕਰਾਂਗੇ। ਵਿਆਕਰਨ ਦੇ ਅੰਗ ਕਹਿੰਦੇ ਆ ਇਹਨਾਂ ਨੂੰ ਧੁਨੀ ਬੋਧ, ਸ਼ਬਦ ਬੋਧ, ਵਾਕ ਬੋਧ, ਅਰਥ ਬੋਧ।